ਕੱਲ੍ਹ ਵੀਡੀਓ ਪਾਈ IMF 200 ਚੱਲਦੀ, ਉਸ 'ਤੇ ਅਸੀਂ ਫਰਕ ਦੱਸਣਾ, ਉਹ ਵੀਡੀਓ ਮੈਂ ਉੱਤੇ ਪਾ ਦੇ ਸਾਂ, ਤੁਹਾਡੀ ਉੱਤੇ ਸ਼ੋਅ ਹੋ ਰਹੀ ਹੋਣੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਦੋਸਤੋ, ਹਾਂਜੀ, ਸਭ ਤੋਂ ਪਹਿਲੇ ਸਾਰੇ ਦੋਸਤਾਂ ਜੀ, ਆਪਣੇ ਟਰੈਕਟਰ, ਆਪਣੇ ਚੈਨਲ ਟਰੈਕਟਰ ਵਲੌਗ ਸਾਰਿਆਂ ਨੂੰ ਖੁਸ਼ਾਮਦੀਦ ਕਹਿੰਦੇ ਹਾਂ। ਅਤੇ ਜਿਹੜੇ ਜਿਹੜੇ ਦੋਸਤ ਵੀ ਸਾਡੀ ਵੀਡੀਓ ਵੇਖਣ, ਸਾਰਿਆਂ ਤੋਂ ਪਹਿਲਾਂ ਉਹਨਾਂ ਦਾ ਸ਼ੁਕਰੀਆ ਸਾਡੀ ਵੀਡੀਓ ਨੂੰ ਵੇਖਣ ਵਾਸਤੇ। ਦੋਸਤੋ, ਮੇਰੀ ਜਿਹੜੀ ਅੱਜ ਦੀ ਵੀਡੀਓ ਹੈ ਜੀ, IMF 385 2013 ਮਾਡਲ ਬਾਈ ਹੋਈ ਰੱਖਿਆ ਹੋਇਆ ਆਪਣੇ ਫਾਰਮ ਵਾਸਤੇ, ਨਵਾਂ ਫਾਰਮ ਵੀ ਬਣਾ ਰਹੇ ਅਤੇ ਉਸ ਵਾਸਤੇ ਉਹਨਾਂ ਰੱਖਿਆ ਹੋਇਆ ਨਾਲ ਬਾਈ ਜੀ, ਤੁਸੀਂ ਆਪਣੇ ਜ਼ਮੀਨਦਾਰੇ ਵਾਸਤੇ ਉਹਦੇ ਤੋਂ ਉਹਨਾਂ ਵੀਲ ਰੀਪਰ ਲਾਈ ਹੋਈ ਹੈ। ਮੈਂ ਲੱਗਦਾ ਉਹਨੂੰ ਸਿਰਫ ਆਪਣੇ ਵਾਸਤੇ ਲਾਈ ਹੈ, ਬਾਕੀ ਉਹਨਾਂ ਦਾ ਬਹਿਰ ਦਾ ਕੰਮ ਇਤਨਾ ਕੋਈ ਨਹੀਂ, ਕਿਉਂਕਿ ਰੀਪਰ ਆਮ ਹੈ ਅੱਜ ਕੱਲ੍ਹ ਇੱਥੇ। ਅਤੇ ਉਸ ਵਾਸਤੇ ਉਹਨਾਂ ਆਪਣੀ ਕਟਾਈ ਵਾਸਤੇ ਗੰਦਮ ਛੰਦਮ ਵਾਸਤੇ ਰੱਖਿਆ ਹੋਇਆ। ਅਤੇ ਉਸ ਵਾਸਤੇ ਮੈਂ ਵੀਡੀਓ ਉਸ ਵਾਸਤੇ ਬਣਾਈ ਹੈ ਕਿ ਬਾਈ ਲੋਕ ਜਿਹੜੇ ਆਉਂਦੇ ਨੇ ਕਿ IMF 385 ਦੇ ਹਿੱਸਾ ਚੌੜਾ ਹੁੰਦਾ ਅਤੇ ਉਹ ਵੀਲ ਰੀਪਰ ਨਹੀਂ ਚਲਾ ਸਕਦਾ, ਅਤੇ ਉਹਨਾਂ ਦੇ ਵਾਸਤੇ ਵੀਡੀਓ ਹੈ। ਵੀਡੀਓ ਸ਼ੁਰੂ ਤੋਂ ਲੈ ਅਤੇ ਐਂਡ ਤੱਕ ਵੇਖਣੀ, ਅੱਛੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨ ਦੀ। ਅਤੇ ਦੋਸਤੋ, ਉਹਨਾਂ ਬਾਈ ਹੋਰੀ ਜਿਹੜੇ ਅਗਲੇ ਇੱਥੋਂ ਜਾਇਆ, ਅਗਲੇ ਟਾਇਰ ਹੈ ਨਾ ਜਿਹੜਾ ਅਗਲਾ ਹਿੱਸਾ, ਉੱਥੋਂ ਜਿਹਾ ਉਹਨਾਂ ਬਹਿਰ 'ਤੇ ਖੜਿਆ, ਮਤਲਬ ਕਿ ਚੌੜਾ ਕੀਤਾ ਉਹਨਾਂ ਥੋੜ੍ਹਾ ਜਿਹਾ ਅਗਲੇ ਬਣੇ ਹੋਏ ਹਿੱਸੇ ਨੂੰ, 85 ਦੇ ਵਿੱਚ ਐਡਜਸਟ ਹੁੰਦੀ ਹੈ, ਉਸ ਕੀਤੀ ਹੈ ਉਹਨਾਂ 'ਤੇ। ਉਸ ਤੋਂ ਬਾਅਦ ਉਹਨਾਂ ਚਲਾ ਦਿੱਤਾ, ਉਹਨਾਂ ਕਿਹਾ ਬਾਈ ਕੋਈ ਦੱਬ ਨਹੀਂ ਰਿਹਾ ਬਾਹਰੋਂ, ਕੁਝ ਵੀ ਨਹੀਂ ਕਰ ਰਹੇ। ਠੀਕ ਹੈ ਦੋਸਤੋ, ਫਿਰ ਤੁਹਾਨੂੰ ਵੀਡੀਓ ਤਰਫ ਲੈ ਕੇ ਚੱਲਦੇ ਹਾਂ। ਅੱਛੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨੀ ਹੈ, ਅਤੇ ਮਜ਼ੀਦ ਜੇ ਵੀਡੀਓ ਵੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ, ਨਾਲ ਹੀ ਬੈਲ ਦਿਆ ਕਰਨਾ ਲਾਜ਼ਮੀ ਪ੍ਰੈਸ ਕਰਨਾ, ਤਾਂ ਕਿ ਤੁਹਾਨੂੰ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਸਾਡੇ ਨਾਲ ਪਹਿਲੇ ਮਿਲਦੀ ਰਹੇ। ਬਾਈ ਹੋਰੀ ਥੋੜ੍ਹਾ ਜਿਹਾ ਫਰੰਟ ਟਾਇਰਾਂ ਦੇ ਬਹਿਰ ਕੱਢਿਆ, ਬਹਿਰ ਕੱਢ ਕੇ ਉਹਦੀ ਸੈਟਿੰਗ ਬਣਾ ਰਹੇ। ਪਹਿਲੇ ਸੈਟਿੰਗ ਤਾਂ ਕੀਤੀ ਨੇ ਚੇਂਜ ਵਾਲੀ, ਰੀਪਰ ਇਹਨੇ ਨਵੀਂ ਆਪਣੀ ਵਾਸਤੇ ਲਈ ਹੈ। ਠੀਕ ਹੈ ਜੀ ਦੋਸਤੋ, ਅਗਰ 85 ਦੀ ਵੀਡੀਓ ਚੰਗੀ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਲਾਜ਼ਮੀ ਦੱਸਣਾ, ਅਤੇ ਮਜ਼ੀਦ ਜੀ ਵੀਡੀਓ ਵੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਨਾਲ ਹੀ ਬੈਲ ਦੇ ਕਰਨਾ ਲਾਜ਼ਮੀ ਪ੍ਰੈਸ ਕਰਨਾ। ਇਹ ਵੇਖ ਸਕਦੇ ਹੋ ਕੋਈ ਨਾਲ ਕੋਈ ਨਹੀਂ ਦੱਬ ਰਹੀ, ਮਤਲਬ ਕਿ ਜਿਹੜਾ ਟਾਇਰ 85 ਦਾ ਹਿੱਸਾ ਪਿਛਲਾ ਚੌੜਾ ਹੁੰਦਾ, ਉਹਦੀ ਵਜ੍ਹਾ ਤੋਂ ਰੀਪਰ ਦੀ ਚੌੜਾਈ 'ਚ ਕੋਈ ਫਰਕ ਆ ਰਿਹਾ, ਉਹ ਕੁਝ ਵੀ ਨਹੀਂ ਹੈ। ਫੀਡ ਵੀ ਚੱਲ ਰਿਹਾ, ਲੇਕਿਨ ਫੀਡ ਦਾ ਹਿੱਸੇ ਜਿਹੜੇ ਹੁੰਦੇ ਛੋਟੇ ਹੁੰਦੇ, 85 ਦਾ ਹਿੱਸਾ ਥੋੜ੍ਹਾ ਚੌੜਾ ਹੁੰਦਾ।